ਜੀ ਅਸੀਂ ਤੁਹਾਡੇ ਕੋਲ ਪੁੱਛਾਂਗੇ, ਜਿਹੜਾ ਅਰਦਾਸ ਸਮਾਗਮ ਹੋ ਰਿਹਾ ਹੈ ਜਾਂ ਅਰਦਾਸ ਕੀਤੀ ਜਾ ਰਹੀ ਹੈ, ਅਤੇ ਜਿਹੜੀ ਉਹਨਾਂ ਨੇ ਗੱਲ ਕੀਤੀ ਕਿ ਜਿਹੜੇ ਜਿਹੜੇ ਕਪਲੇ ਦੀ, ਇਸ ਤੋਂ ਇਲਾਵਾ ਹੋਰ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਮੈਂ ਇਹ ਕਹਿਣਾ ਚਾਹੁੰਦਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹਦੇ ਵਿੱਚ ਪ੍ਰਬੰਧਨ ਦਾ ਜਿਹੜਾ ਹੈ ਮੇਨ ਕੰਮ ਜਿਹੜਾ ਦਿੱਲੀ ਕਮੇਟੀ ਦਾ ਹੁੰਦਾ, ਮਗਰ ਇਹਨਾਂ ਨੇ ਜੇ ਤੁਸੀਂ ਦੇਖੋ ਕਈ ਮਸਲੇ ਐਸੇ ਨੇ ਜਿਹੜੇ ਨਹੀਂ ਸੰਗਤ ਦੇ ਸਾਹਮਣੇ ਆਏ। ਮੈਂ ਦੱਸ ਦਿੰਦਾ ਇਹੋ ਜਿਹਾ ਇੱਕ ਮਸਲਾ ਕਿ ਕਈ ਜਗ੍ਹਾ ਐਸਾ ਹੋਇਆ ਕਿ RSS ਦੇ ਲੋਕਾਂ ਨੇ ਪ੍ਰੋਗਰਾਮ ਕਰਵਾਏ ਗੁਰਦੁਆਰੇ ਦੇ ਵਿੱਚ, ਜਿਹੜਾ ਕਿ ਜਿਹਨਾਂ ਨੂੰ ਬਾਅਦ ਵਿੱਚ ਬਚਾਉਣ ਦਾ ਕੰਮ ਇਹਨਾਂ ਦੀ ਟੀਮ ਦੇ ਬੰਦਿਆਂ ਨੇ ਔਰ ਇਹਨਾਂ ਨੇ ਕੀਤਾ। ਅਕਾਲ ਤਖਤ ਸਾਹਿਬ ਨੇ ਉਹਨਾਂ ਨੂੰ ਬਿਲਕੁਲ ਹਟਾ ਦਿੱਤਾ, ਪੂਰੀ ਕਮੇਟੀ ਨੂੰ ਜਿਹੜਾ ਹਟਾਇਆ, ਮਗਰ ਬਾਵਜੂਦ ਉਸ ਦੇ ਇਹਨਾਂ ਦੇ ਲੋਕਾਂ ਨੇ ਜਾ ਕੇ ਉਹਨਾਂ ਦੀ ਪੈਰਵੀ ਕੀਤੀ। ਨਾ ਸਿਰਫ ਪੈਰਵੀ ਕੀਤੀ, ਮੈਂ ਔਨ ਰਿਕਾਰਡ ਕਹਿਣਾ ਚਾਹ ਰਿਹਾ ਕਿ ਜਿਸ ਵੇਲੇ ਉੱਥੇ ਅਕਾਲ ਤਖਤ ਸਾਹਿਬ ਦੇ ਵਿੱਚ ਉਹ ਫੈਸਲਾ ਸੁਣਾਇਆ ਜਾ ਰਿਹਾ ਸੀ, ਪੂਰੀ ਕਮੇਟੀ ਗੁਰਦੁਆਰੇ ਦੀ ਭੰਗ ਕੀਤੀ ਜਾ ਰਹੀ ਸੀ RSS ਦਾ ਪ੍ਰੋਗਰਾਮ ਕਰਾਉਣ ਵਾਸਤੇ, ਉਸ ਵੇਲੇ ਉਸੇ ਕਮੇਟੀ ਦੇ ਜਿਹੜੇ ਉਹਦੇ ਵਿੱਚ ਸੀਗੇ ਸ਼ਾਮਿਲ ਲੋਕ, ਉਹਨਾਂ ਨੂੰ ਲੈ ਕੇ ਇਹਨਾਂ ਦੇ ਪ੍ਰਵਕਤਾ ਨੇ ਉੱਥੇ ਪ੍ਰੈਸ ਕਾਨਫਰੰਸ ਵਿੱਚ ਉਹਨਾਂ ਨੂੰ ਆਪਣੇ ਨਾਲ ਬਿਠਾਇਆ, ਜਿਹਦੇ ਨਾਲ ਇੱਕ ਸਾਫ਼ ਮੈਸੇਜ ਜਾਂਦਾ ਹੈ ਕਿ RSS ਦੇ ਲੋਕਾਂ ਨੂੰ ਇਹ ਸ਼ੀਲਡ ਕਰਦੇ ਨੇ ਔਰ RSS ਦੇ ਨਾਲ ਜਿਹਦੇ ਖਿਲਾਫ਼ ਕਿ ਸ਼੍ਰੀ ਅਕਾਲ ਤਖਤ ਸਾਹਿਬ ਸਾਫ਼ ਕਹਿ ਚੁੱਕੇ ਨੇ ਕਿ ਇਹੋ ਜਿਹੀ ਅਗੋਥੀ ਜਿਹੜੀ ਔਰਗਨਾਈਜੇਸ਼ਨਸ ਨੇ ਉਹਨਾਂ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ, ਉਹਦੇ ਨਾਲ ਇਹਨਾਂ ਦਾ ਉੱਠਣਾ ਬੈਠਣਾ ਹੈ। ਇਹ ਸਿਰਫ ਗੋਲਕ ਚੋਰੀ ਕਰਨ ਤੱਕ ਦਾ ਮਸਲਾ ਨਹੀਂ ਹੈ, ਇਹ ਕਿਧਰੇ ਨਾ ਕਿਧਰੇ ਸਿੱਖੀ ਦੇ ਵਿੱਚ ਪੂਰੀ ਇੱਕ ਸਿੱਖੀ ਦੇ ਜਿਹੜੇ ਇਤਿਹਾਸ ਨੇ ਉਹਨਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਜਿਵੇਂ ਕਿ ਰਕਾਬਗੰਜ ਸਾਹਿਬ ਦੇ ਵਿੱਚ ਇਹਨਾਂ ਨੇ ਬਿਲਡਿੰਗ ਤੋੜ ਕੇ ਨਵੀਂ ਬਿਲਡਿੰਗ ਬਣਾਉਣ ਦਾ ਮਸਲਾ ਆਇਆ ਜਦੋਂ ਸੰਗਤ ਨੇ ਆਵਾਜ਼ ਚੁੱਕੀ, ਉਹਦੇ ਬਾਅਦ ਇਹ ਰੁਕੇ, ਨਹੀਂ ਤਾਂ ਰੁਕਣ ਨੂੰ ਤਿਆਰ ਨਹੀਂ ਸੀਗੇ। ਇਹ ਕਿਧਰੇ ਨਾ ਕਿਧਰੇ RSS ਵਾਲਿਆਂ ਦੇ ਨਾਲ ਮਿਲ ਕੇ ਇਤਿਹਾਸ ਨੂੰ ਚੋਟ ਪਹੁੰਚਾਉਣ ਦਾ, ਨੁਕਸਾਨ ਪਹੁੰਚਾਉਣ ਦਾ ਕੰਮ ਕਰ ਰਹੇ ਨੇ ਮਨਜੀਤ ਸਿੰਘ ਜੀ ਕੇ ਉਹਨਾਂ ਦੀ ਟੀਮ। ਰਮਨਦੀਪ ਸਿੰਘ ਜੀ, ਅਸੀਂ ਪੁੱਛਣਾ ਚਾਹਾਂਗੇ ਜਿਹੜੀ ਗੱਲ ਉਹਨਾਂ ਨੇ ਕੀਤੀ ਕਿ RSS ਕਿੱਥੇ ਨਾ ਕਿੱਥੇ ਦਿੱਲੀ ਕਮੇਟੀ 'ਚ ਕਾਬਜ਼ ਧਰਿਆਂ 'ਤੇ ਨੂੰ ਚਲਾ ਰਹੀ ਹੈ, ਉਹਦੇ 'ਚ ਆਪਦੇ ਕੀ ਵਿਚਾਰ ਨੇ? ਇਹ ਬਿਲਕੁਲ ਸਹੀ ਗੱਲ ਹੈ ਕਿ ਜਿਹੜੀ ਦਿੱਲੀ ਕਮੇਟੀ ਹੈ ਇਹਦੇ ਉੱਪਰ ਪੂਰਾ ਦਾ ਪੂਰਾ ਪ੍ਰਭਾਵ RSS ਦਾ ਹੈ। ਜੇ ਅਸੀਂ ਦਿੱਲੀ ਕਮੇਟੀ ਦੀ ਗੱਲ ਕਰੀਏ, ਇਹ ਵੱਡੇ ਵੱਡੇ ਕੰਮ ਕਰਨ ਲਈ ਕਦੀ ਕਹਿੰਦੇ ਸੀ ਅਮਰੀਕਾ ਪ੍ਰਚਾਰ ਕਰਨਾ, ਕਦੀ ਕਹਿੰਦੇ ਇੰਗਲੈਂਡ ਪ੍ਰਚਾਰ ਕਰਨਾ, ਅਤੇ ਜਿਹੜੇ ਸਾਡੇ ਹਿੰਦੁਸਤਾਨ ਦੇ ਗੁਰਦੁਆਰੇ ਆ, ਸਭ ਤੋਂ ਪਹਿਲਾਂ ਅਸੀਂ ਲਈਏ ਗੁਰਦੁਆਰਾ ਗਿਆਨ ਗੋਦੜੀ ਸਾਹਿਬ, ਜਿਹੜਾ ਕਿ ਹਰਿਦੁਆਰ 'ਚ ਗੁਰੂ ਨਾਨਕ ਸਾਹਿਬ ਨਾਲ ਸੰਬੰਧਿਤ ਹੈ। ਉਹ ਗੁਰਦੁਆਰਾ ਅੱਜ ਉੱਥੇ ਦੇ ਜਿਹੜੇ ਪੰਡਿਤ ਅਸੀਂ ਕਹਿ ਲਈਏ, ਉਹਨਾਂ ਨੇ ਆਪਣੇ ਅੰਡਰ ਕਰ ਲਿਆ, ਉਹ ਬਿਲਕੁਲ ਗੁਰਦੁਆਰਾ ਉੱਥੇ ਰਿਹਾ ਹੀ ਨਹੀਂ। ਸਰਕਾਰ ਇਹਨਾਂ ਦੀ ਸੈਂਟਰ 'ਚ ਵੀ, ਅਤੇ ਉੱਥੇ ਜਿਹੜੀ ਉੱਤਰਾਖੰਡ 'ਚ ਵੀ ਸਰਕਾਰ ਇਹਨਾਂ ਦੀ, ਇਹਨਾਂ ਲਈ ਇੱਕ ਇੱਕ ਸਕਿੰਟ ਦਾ ਖੇਲ ਹੈ ਕਿ ਆਪਣਾ ਕੰਮ ਕਰਵਾ ਦੇਣ, ਪਰ ਕਿਉਂਕਿ RSS ਦੇ ਆਰਡਰ ਨਹੀਂ ਕਰ ਸਕਦੇ। ਉਸ ਤੋਂ ਬਾਅਦ ਅਸੀਂ ਗੁਰਦੁਆਰਾ ਡਾਂਗਮਾਰ ਸਾਹਿਬ ਸਿੱਕਿਮ ਦੀ ਗੱਲ ਕਰੀਏ, ਉੱਥੇ ਵੀ ਇਹਨਾਂ ਦੀ ਸਰਕਾਰ ਹੈ, ਉੱਥੇ ਵੀ ਇਹਨਾਂ ਨੇ ਜਿਹੜਾ ਵੀ ਮੁੱਦਾ ਉਹਨੂੰ ਮੁੱਦੇ ਨੂੰ ਚੁੱਕਿਆ, ਕਦੀ ਕੰਪਲੀਟ ਨਹੀਂ ਕੀਤਾ, ਭਾਵੇਂ ਅਸੀਂ ਕੋਈ ਮੁੱਦਾ ਨਾ ਚੁੱਕ ਕੇ ਦੇਖ ਲਈਏ। ਇਟ ਮੀਨਸ ਕਿ ਇਹ ਪੂਰਾ ਪੂਰਾ RSS ਦੇ ਪ੍ਰਭਾਵ ਦੇ ਹੇਠ ਚੱਲਦੇ ਆ, ਉਹਨਾਂ ਦੇ ਅੰਡਰ ਹੀ ਕੰਮ ਕਰਦੇ ਆ। BJP ਇਹਨਾਂ ਦੀ ਭਾਈਵਾਲ ਪਾਰਟੀ ਹੈ, ਅਤੇ BJP ਜਿਹੜੀ ਮਾਂ ਪਾਰਟੀ ਹੈ ਉਹ RSS ਹੈ।